ਸਾਡੀ 25 ਤੋਂ 28 ਤਾਰੀਖ ਦੀ 4 ਦਿਨਾਂ ਦੀ ਹੜਤਾਲ ਜਿਹੜੀ ਕਿ ਸਮੁੱਚੇ ਬੈਂਕਿੰਗ ਇੰਡਸਟਰੀ ਦੇ ਵਿੱਚ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਅਧਿਕਾਰੀ ਹੜਤਾਲ ਕਰਨ ਜਾ ਰਹੇ ਨੇ, ਕਿਉਂਕਿ ਸਾਡੀ ਜੋ ਵੇਜ ਰਿਵੀਜ਼ਨ 1/11/2012 ਤੋਂ ਪੈਂਡਿੰਗ ਆ, ਸਰਕਾਰ ਇਸ ਗੱਲ ਦਾ ਸਾਡੇ 'ਤੇ ਜ਼ੋਰ ਦੇ ਰਹੀ ਹੈ ਕਿ ਬੈਂਕਿੰਗ ਇੰਡਸਟਰੀ ਜੋ ਕਿ ਘਾਟੇ ਦੇ ਵਿੱਚ ਆ, ਔਰ ਇਸ ਕਰਕੇ ਬੈਂਕਾਂ ਦਾ ਜੋ ਵੇਜ ਰਿਵੀਜ਼ਨ ਆ, ਜੋ ਸਾਡੀ ਜੈਨੂਅਨ ਡਿਮਾਂਡ ਹੈ, ਉਸਨੂੰ ਨਹੀਂ ਮੰਨਿਆ ਜਾ ਸਕਦਾ। ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਜਿਹੜਾ ਬੈਂਕਾਂ ਦੇ ਵਿੱਚ ਡਿਮਾਂਡ ਲੋਨ ਜਾਂ ਬੈਂਕਾਂ ਦੇ ਵਿੱਚ ਜਿਹੜਾ NPA ਹੋਇਆ, ਉਹਦੇ ਵਿੱਚ ਬੈਂਕ ਇੰਪਲਾਈ ਜਾਂ ਆਮ ਆਫਿਸਰ ਦਾ ਇਸ ਗੱਲ ਦੇ ਵਿੱਚ ਕੋਈ ਕਸੂਰ ਨਹੀਂ, ਕਿਉਂਕਿ ਜਿਹੜਾ ਬੈਡ ਲੋਨ ਜਾਂ NPA ਜ਼ਿਆਦਾ ਵੱਧ ਰਿਹਾ ਉਹ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ, ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਉਹਦਾ ਕਰਕੇ ਆ। ਕਿਉਂਕਿ ਅਸੀਂ ਆਲਰੇਡੀ ਸਰਕਾਰ ਨੂੰ ਇਹ ਕਹਿ ਚੁੱਕੇ ਹਾਂ ਜਿਹੜਾ ਬੈਂਕਾਂ ਦਾ NPA ਰਿਕਵਰ ਕਰਨ ਦੇ ਵਿੱਚ ਐਸੇ ਸਖਤ ਕਾਨੂੰਨ ਬਣਾਏ ਜਾਣ ਜਿਹੜੇ ਬੈਂਕਾਂ ਦੇ ਵਿੱਚ ਵਿਲਫੁਲ ਡਿਫਾਲਟਰ, ਮਾਲਿਆ ਵਰਗੇ ਡਿਫਾਲਟਰ ਨੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਠੋਕਿਆ ਜਾਵੇ, ਕ੍ਰਿਮੀਨਲ ਅਫੈਂਸ ਕੀਤਾ ਜਾਵੇ ਜਿਹਦੇ ਨਾਲ ਬੈਂਕਾਂ ਦਾ ਪ੍ਰੋਫਿਟ ਨਹੀਂ ਹੋਇਆ। ਨੋ ਡਾਊਟ ਫਿਰ ਵੀ ਜੋ ਬੈਂਕਾਂ ਦਾ 31/3/14 ਦਾ ਪ੍ਰੋਫਿਟ ਹੈ, ਟੋਟਲ ਪ੍ਰੋਫਿਟ 1,27,000 ਕਰੋੜ ਆ, ਜਿਸ ਦੇ ਵਿੱਚ ਬੈਂਕਾਂ ਦੀ ਜਿਹੜੀ ਪ੍ਰੋਵੀਜ਼ਨ ਪਾਈ ਹੈ ਬੈਡ ਲੋਨ ਵਾਸਤੇ ਉਹ 90,000 ਪਾਈ ਆ, ਸਟਿਲ 37,000 ਜਿਹੜਾ ਬੈਂਕਾਂ ਦਾ ਨੈੱਟ ਪ੍ਰੋਫਿਟ ਹੈ। ਪਰ ਸਰਕਾਰ ਜਾਣ ਕੇ ਇਸ ਪਬਲਿਕ ਸੈਕਟਰ ਨੂੰ ਤੈਸ਼ ਨੈਸ਼ ਕਰਨਾ ਚਾਹੁੰਦੀ ਹੈ, ਪਬਲਿਕ ਸੈਕਟਰ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿਉਂਕਿ ਜੋ ਮੌਜੂਦਾ ਸਰਕਾਰ ਆ ਉਸਦੀ ਨੀਤੀ ਹੈ ਕੈਪੀਟਲਾਈਜੇਸ਼ਨ ਵੱਲ, ਜੋ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਬੈਂਕਿੰਗ ਦੇਣਾ ਚਾਹੁੰਦੀ ਹੈ, ਇਸ ਦੇ ਖਿਲਾਫ਼ ਵੀ ਜੋ ਬੈਂਕ ਇੰਪਲਾਈ ਆ ਡਟ ਕੇ ਲੜੇਗਾ।